ਬਾਅਦ ਦੇ ਵਿੱਚ ਹਾਂਜੀ ਕਹੀਦਾ ਹੈ, ਕਿਸੇ ਨੂੰ ਬੁਲਾਉਣਾ ਹੋਵੇ ਤਾਂ ਸਰ ਜੀ ਕਰਕੇ ਬੁਲਾਈਦਾ, ਅਤੇ ਉੱਥੇ ਕਿਸੇ ਦੇ ਨਾਲ ਉੱਠੀ ਜਾਵੇ ਨਾ ਗੱਲ ਨਹੀਂ ਕਰਦਾ, ਕਿਸੇ ਦੇ ਨਾਲ ਲੜਨਾ ਨਹੀਂ। ਇੱਕ ਹਫ਼ਤਾ ਇਹਨਾਂ ਨੇ ਮੈਨੂੰ ਘਰ ਹੀ ਰੱਖਿਆ, ਬਾਹਰ ਹੀ ਨਾ ਨਿਕਲਦੇ ਤਾੜ ਕੇ ਰੱਖਿਆ ਬੰਦੇ ਕੋਟ ਚ। ਅਤੇ ਮੈਂ ਸ਼ਾਮ ਨੂੰ ਆਉਣਾ ਇਹਨਾਂ ਨੇ, ਅਤੇ ਸ਼ਾਮ ਨੂੰ ਇਹਨਾਂ ਨੇ ਸਰਕਾਰ ਨੇ ਨਾਲ ਲੈ ਜਾਣਾ, ਕਦੀ ਫੀਸ ਸੀਗਾ ਉਹਨੇ ਲੈ ਜਾਣਾ ਬਾਹਰ, ਅਤੇ ਉਹ ਲੈ ਕੇ ਕਿੱਥੇ ਜਾਣਾ ਜਿੰਦਗੀ ਆਪਣਾ ਹੈਟਰਿੰਗ ਸ਼ਰਾਲ ਮਾਰਕੀਟ ਠੀਕ ਹੈ, ਕਦੀ ਭੱਟੀ ਮਾਰਕੀਟ, ਬਸ ਉੱਥੇ ਮੈਨੂੰ ਭੇਜਦੇ ਰਹਿਣਾ। ਫਿਰ ਉਹ ਦੱਸਣਾ ਵੀ ਇੱਥੋਂ ਇਹ ਬੱਸ ਜਿਹੜੀ ਜੋੜਨਾ ਬਣਿਆ ਨਾ ਪਿੰਡੀ ਜਾਇਆ ਕਰਨਾ, ਇਹ ਬੱਸ ਬਹਿਣਾ ਅਤੇ ਇਸ ਤਰ੍ਹਾਂ ਜਾਣਾ ਸੀਗੇ। ਫਿਰ ਉਹ ਹਫ਼ਤਾ ਐਵੇਂ ਰਹਿ, ਫਿਰ ਉਹ ਰਮਦਾਨ ਅਤੇ ਭਾਈ ਜੀ ਅਤੇ ਸਰਕਾਰ ਇਹ ਆਏ ਅਤੇ ਮੈਨੂੰ ਲੈ ਕੇ ਗਏ ਉੱਥੇ ਜੀਏਟ ਸ਼ੋਰੂਮ 'ਤੇ, ਸਰਕਾਰ ਦੇ ਭਰਾ ਨਾਲ ਬੁਲਾਇਆ, ਜਿਹੜਾ ਉਸਤਾਦ ਸੀ ਮੇਰਾ ਲੱਕੜੀ ਦਾ ਕੰਮ ਵਾਲਾ, ਉਹਦਾ ਭਰਾ ਨਾਲ ਸ਼ੋਰੂਮ ਉਹਦੇ ਨਾਲ ਬੁਲਾਇਆ ਇਹਨਾਂ ਨੂੰ। ਮੈਂ ਦੱਸਿਆ ਜੀ ਪੰਜੀ ਨਾਰਥ ਐਮ ਐਲ ਏ ਵਰਕਸ਼ਾਪ ਉੱਥੇ, ਅਤੇ ਇਹਨੇ ਗੱਲ ਕੀਤੀ ਕਿ ਇੱਕ ਦੋ ਸਾਲ ਇਹਨੂੰ ਅਸੀਂ ਇੱਕ ਰੁਪਈਆ ਨਹੀਂ ਦੇਣਾ, ਆਉਣ ਜਾਣ ਦਾ ਕਿਰਾਇਆ ਇਹਦਾ ਆਪਣਾ, ਚਾਹ ਇਹਦੀ ਆਪਣੀ, ਰੋਟੀ ਇਹਦੀ ਆਪਣੀ। ਇਹਨਾਂ ਕਿਹਾ ਠੀਕ ਹੈ, ਮੇਰੇ ਜੇਬ ਦੇ ਵਿੱਚ ਉਹਨਾਂ ਨੇ ਡਰੈਸ ਲਿਖ ਕੇ ਪਾਤੇ, ਨਾਲ ਸ਼ਹਿਰ ਮੇਰਾ ਵੀ ਜਿੱਥੇ ਜਾਣਾ, ਅਤੇ ਉੱਥੋਂ ਵਾਪਸੀ ਜੀ ਟੈਨ ਦਾ ਵੀ, ਅਤੇ ਟੈਲੀਫੋਨ ਨੰਬਰ ਵੀ ਇਹਨਾਂ ਨੇ ਦਫ਼ਤਰਾਂ ਦੇ ਦੇਖ ਕੇ ਪਾ ਦਿੱਤੇ। ਉਹਨੇ ਕਿਹਾ ਕਾਗਜ਼ ਨਹੀਂ ਹੋਣਾ, ਚਲੋ ਨਾ ਪਤਾ ਲੱਗੇ ਤਾਂ ਕਿਸੇ ਨੂੰ ਕਾਗਜ਼ ਦਿਖਾ ਦਿੱਤਾ। ਇੱਥੋਂ 105